ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਜੇ ਆਪਾਂ ਵੀਜ਼ਾ ਰਿਫਿਊਜ਼ਲ ਦੀ ਗੱਲ ਕਰ ਲਈਏ ਨਾ, ਉਹਦਾ ਸਭ ਤੋਂ ਮੇਜਰ ਰੀਜ਼ਨ ਜਿਹੜਾ ਹੁੰਦਾ ਉਹ ਹੁੰਦਾ ਕਿ ਅਨਐਕਸੈਪਟੇਬਿਲਿਟੀ। ਜਦੋਂ ਆਪਾਂ ਇਸ ਚੀਜ਼ ਨੂੰ ਐਕਸੈਪਟ ਨਹੀਂ ਨਾ ਕਰਦੇ ਕਿ ਸਾਡਾ ਪ੍ਰੋਫਾਈਲ ਇਸ ਕੰਟਰੀ ਜਾਂ ਇਸ ਕੋਰਸ ਲਈ ਐਲੀਜੀਬਲ ਨਹੀਂ ਹੈਗਾ, ਉਹਦਾ ਐਂਡ ਰਿਜ਼ਲਟ ਰਿਫਿਊਜ਼ਲ ਹੁੰਦਾ। ਕੈਨੇਡਾ ਸਟੂਡੈਂਟ ਵੀਜ਼ਾ ਦੀ ਜੇ ਗੱਲ ਕਰ ਲਾਂ, ਅੱਜ ਦੀ ਡੇਟ ਦੇ ਵਿੱਚ ਰਿਜ਼ਲਟ ਹਰ ਬੰਦੇ ਨੂੰ ਪਤਾ ਕਿ ਰਿਜ਼ਲਟ ਮਾੜਾ ਹੈ, ਰਿਫਿਊਜ਼ਲ ਬਹੁਤ ਜ਼ਿਆਦਾ ਰਿਫਿਊਜ਼ਲ ਹੈ। ਬਟ ਜਦੋਂ ਉਹਨੂੰ ਧਿਆਨ ਨਾਲ ਦੇਖੀਏ, ਉਹਨੂੰ ਐਨਾਲਾਈਜ਼ ਕਰੀਏ, ਤਾਂ ਉਹ ਰਿਫਿਊਜ਼ਲ ਕਿਸ ਪ੍ਰੋਫਾਈਲ ਦੀ ਹੈ? ਉਹ ਸਟੂਡੈਂਟ ਜਿਹੜਾ ਇੱਕ ਮੋਡਿਊਲ 'ਚ 5.5 ਬੈਂਡ ਦੇ ਨਾਲ ਜਾਂ 2 ਮੋਡਿਊਲ 'ਚ 5.5 ਬੈਂਡ ਦੇ ਨਾਲ ਅਪਲਾਈ ਕਰ ਰਿਹਾ। ਅੱਜ ਤੋਂ 6 ਮਹੀਨੇ 8 ਮਹੀਨੇ ਪਹਿਲਾਂ ਇਹ ਗੱਲ ਆਪਾਂ ਕੀਤੀ ਸੀਗੀ ਕਿ ਇੱਕ ਮੋਡਿਊਲ 5.5 ਬੈਂਡ ਨੇ, ਅਨਲੈਸ ਐਂਡ ਅਨਟਿਲ ਤੁਹਾਡੇ ਕੋਲ 6 ਈਚ ਸਕੋਰ ਨਹੀਂ ਹੈਗਾ, ਇੱਕ ਮੋਡਿਊਲ 5.5 ਬੈਂਡ ਵਾਲੇ ਦੀ 100% ਰਿਫਿਊਜ਼ਲ ਹੈ। ਔਰ ਉਦੋਂ ਬਹੁਤ ਸਾਰੇ ਲੋਕਾਂ ਨੇ ਕਿਹਾ ਸੀਗਾ ਕਿ ਨਹੀਂ, ਸਾਡੇ ਵੀਜ਼ੇ ਆ ਰਹੇ ਆ ਜੀ, ਅਸੀਂ ਵੀਜ਼ੇ ਲੈ ਰਹੇ ਹਾਂ ਰੈਗੂਲਰਲੀ। ਅੱਜ ਉਹ ਚੀਜ਼ ਸਾਹਮਣੇ ਆ ਗਈ, ਵਿਦ ਇਨ ਅ ਸਪੈਨ ਆਫ 3 ਮੰਥਸ 4 ਮੰਥਸ ਉਹ ਸਾਰਿਆਂ ਨੂੰ ਪਤਾ ਲੱਗ ਗਿਆ ਕਿ ਇੱਕ ਮੋਡਿਊਲ 'ਚ 5.5 ਬੈਂਡ ਹੈ ਅਤੇ ਅਪਲਾਈ ਨਾ ਕਰੋ। ਬਟ ਹੋ ਕੀ ਰਿਹਾ, ਅੱਜ ਵੀ ਇੱਕ ਪ੍ਰੋਸੈਸਿੰਗ ਫੀਸ ਦੇ ਨਾਮ 'ਤੇ ਔਰ ਆਪਣੇ ਹੋਰ ਤਰੀਕੇ ਦੇ ਨਾਲ ਕੋਈ ਫੰਡ ਦੇ ਪੈਸੇ, ਕੋਈ ਫੀਸ ਟ੍ਰਾਂਸਫਰ ਦੇ ਪੈਸਿਆਂ ਦੇ ਨਾਮ ਦੇ ਉੱਤੇ ਜਦੋਂ ਇਹ ਪੈਸੇ ਲਿੱਤੇ ਜਾ ਰਹੇ ਆ, ਉਦੋਂ ਹਰ ਸਟੂਡੈਂਟ ਨੂੰ ਚਾਹੇ ਉਹ 1 'ਚ 5.5 ਆ ਚਾਹੇ 2 'ਚ 5.5 ਆ, ਉਹਦਾ ਵੀਜ਼ਾ ਅਪਲਾਈ ਕਰਾ ਦਿੱਤਾ ਜਾ ਰਿਹਾ। 5.5 ਬੈਂਡ ਦੀ ਰਿਫਿਊਜ਼ਲ, ਅੱਜ ਇਹ ਹਾਲ ਹੈ ਕਿ ਹਰ ਦੂਸਰਾ ਬੱਚਾ ਜਿਹਨੇ ਕੈਨੇਡਾ ਲਈ ਅਪਲਾਈ ਕੀਤਾ ਸੀਗਾ, ਇੱਕ ਉਹ ਕੰਟਰੀ ਜਿਹੜੀ ਫਸਟ ਪ੍ਰੈਫਰੈਂਸ ਹੈ ਪੰਜਾਬ ਤੋਂ ਹਰ ਸਟੂਡੈਂਟ ਲਈ, ਜਦੋਂ ਬਾਹਰ ਜਾਣ ਬਾਰੇ ਸੋਚਦਾ, ਹਰ ਬੰਦਾ 1-1, 2-2, 3-3 ਰਿਫਿਊਜ਼ਲਾਂ ਨਾਲ ਹੱਥ 'ਚ ਲਈ ਫਿਰਦਾ ਕਿ ਯਾਰ ਮੇਰੇ ਕੋਲ ਆਪਸ਼ਨ ਕੀ ਹੈ, ਮੇਰੇ ਕੋਲ ਰਿਜ਼ੋਰਟ ਕੀ ਹੈ। ਇਹ ਨਹੀਂ ਸਮਝ ਲੱਗਦੀ ਕਿ ਮੈਂ ਆਇਲਟਸ ਦੁਬਾਰਾ ਕਰ ਲਾਂ ਜਾਂ ਮੈਂ ਕੋਰਸ ਜਾਂ ਕੰਟਰੀ ਜਿਹੜੀ ਮੇਰੀ ਚੋਇਸ ਹੈਗੀ ਆ ਉਹਨੂੰ ਚੇਂਜ ਕਰ ਲਾਂ, ਕਿਸੇ ਹੋਰ ਕੰਟਰੀ ਦੇ ਵਿੱਚ ਅਪਲਾਈ ਕਰਦਾ। UK 100% ਵੀਜ਼ਾ ਸਕਸੈਸ ਰੇਟ 'ਤੇ ਖੜਾ, ਓਵਰਆਲ 5.5 ਬੈਂਡ ਚਾਹੀਦੇ ਆ। ਆਸਟ੍ਰੇਲੀਆ ਓਵਰਆਲ 6 ਬੈਂਡ ਚਾਹੀਦੇ ਆ, ਇੱਕ ਮੋਡਿਊਲ 'ਚ 5.5 ਆ, 100% ਵੀਜ਼ਾ ਸਕਸੈਸ ਰੇਟ 'ਤੇ ਖੜਾ। ਪਰ ਨਹੀਂ, ਗਰਾਰੀ ਕਿੱਥੇ ਫਸੀ ਆ ਕਿ ਕੈਨੇਡਾ ਜਾਣਾ, ਚਾਹੇ ਪੈਸੇ ਖਰਾਬ ਹੋ ਜਾਣ, ਚਾਹੇ ਏਜੰਟਾਂ ਦੀਆਂ ਜੇਬਾਂ 'ਚ ਭਰ ਭਰ ਕੇ ਪੈਸੇ ਪਾ ਦਾਂ, ਪਰ ਨਹੀਂ, ਕੈਨੇਡਾ ਜਦੋਂ ਤੱਕ 5-7 ਵਾਰੀ 10 ਵਾਰੀ ਨਾ ਨਹੀਂ ਕਰ ਦਿੰਦਾ, ਵੀਜ਼ਾ ਰਿਫਿਊਜ਼ ਨਹੀਂ ਕਰ ਦਿੰਦਾ, ਉਦੋਂ ਤੱਕ ਵੀਜ਼ਾ ਅਪਲਾਈ ਹੋ ਰਿਹਾ। ਜਿੰਨਾ ਸਟੂਡੈਂਟ ਕੈਨੇਡਾ ਸਟੂਡੈਂਟ ਵੀਜ਼ਾ ਦਾ ਰਿਫਿਊਜ਼ਲ ਸਟੂਡੈਂਟ ਮਾਰਕੀਟ 'ਚ ਘੁੰਮ ਰਿਹਾ, ਸ਼ਾਇਦ ਉਹਨੇ ਵੀਜ਼ੇ ਵੀ ਪਿਛਲੇ ਪੂਰੇ ਸਾਲ ਦੇ ਵਿੱਚ ਨਹੀਂ ਲੱਗੇ। ਆਪਣੀ ਕੰਟਰੀ ਪ੍ਰੈਫਰੈਂਸ ਬਦਲ ਲਓ ਜਾਂ ਆਇਲਟਸ ਦੁਬਾਰਾ ਕਰਕੇ 6 ਈਚ ਦੇ ਉੱਤੇ ਜਾ ਕੇ ਅਪਲਾਈ ਕਰ ਲਓ। ਪ੍ਰਾਈਵੇਟ ਕਾਲਜ, ਕਮਿਊਨਿਟੀ ਕਾਲਜ, ਟੋਰਾਂਟੋ, ਬਰੈਂਪਟਨ, ਮੋਂਟਰੀਅਲ, ਡਜ਼ ਨਾਟ ਮੈਟਰ, ਕਿਉਂਕਿ ਵੀਜ਼ਾ ਫੈਡਰਲ ਗੌਰਮੈਂਟ ਦੇ ਅੰਡਰ ਦੀ ਜੂਰਿਸਡਿਕਸ਼ਨ ਹੈ। ਫੈਡਰਲ ਗੌਰਮੈਂਟ ਨੇ ਤੁਹਾਡਾ ਪ੍ਰੋਫਾਈਲ ਦੇਖਣਾ, ਉਹਦੇ ਹਿਸਾਬ ਨਾਲ ਵੀਜ਼ਾ ਦੇਣਾ। ਜੇ ਥੋੜ੍ਹਾ ਜਿਹਾ ਪਿੱਛੇ ਚੱਲ ਜਾ, 2012 ਜਦੋਂ SPP ਪ੍ਰੋਗਰਾਮ ਲਾਂਚ ਹੋਇਆ ਸੀ ਨਾ, ਉਦੋਂ SPP ਦੀ ਰਿਕੁਆਇਰਮੈਂਟ ਹੀ 5.5 ਬੈਂਡ ਸੀਗੀ, ਅੱਜ ਉਹ ਵੀ ਇਵੋਲਵ ਹੋ ਕੇ 6 ਈਚ ਦੇ ਉੱਤੇ ਆ ਕੇ ਖੜੀ ਹੋ ਗਈ। ਸੋ ਸਾਨੂੰ ਵੀ ਚੇਂਜ ਹੋਣਾ ਪੈਣਾ, ਉਹ ਚੇਂਜ ਹੋ ਕੇ ਕੰਟਰੀ ਆਫ ਪ੍ਰੈਫਰੈਂਸ ਬਦਲਣੀ ਪੈਣੀ ਆ। ਆਸਟ੍ਰੇਲੀਆ ਉਹ ਕੰਟਰੀ ਜਿਹਨੇ ਸਟੂਡੈਂਟ ਨੂੰ ਅਨਲਿਮਿਟਿਡ ਵਰਕਿੰਗ ਰਾਈਟਸ ਦੇ ਦਿੱਤੇ ਅੱਜ ਦੀ ਡੇਟ ਦੇ ਵਿੱਚ, ਕਿ ਤੁਸੀਂ ਅਨਲਿਮਿਟਿਡ ਕੰਮ ਕਰ ਸਕਦੇ ਹੋ ਐਜ਼ ਅ ਸਟੂਡੈਂਟ। ਉਹ ਕੰਟਰੀ ਜਿਹੜੀ ਕਹਿੰਦੀ ਕਿ ਉੱਥੇ ਆ ਜਾਓ, ਆ ਕੇ ਜਿਹੜਾ ਤੁਹਾਡਾ ਵੀਜ਼ਾ ਫੀਸ ਜਿਹੜੀ ਤੁਸੀਂ ਅੰਬੈਸੀ ਨੂੰ ਭਰੀ ਆ, ਉਹ ਵੀਜ਼ਾ ਫੀਸ ਵੀ ਵਾਪਸ ਆ ਕੇ ਕਲੇਮ ਕਰ ਸਕਦੇ, ਕਿਉਂ? ਵਰਕਰਸ ਦੀ ਲੋੜ ਹੈ। UK ਉਹ ਕੰਟਰੀ ਜਿਹਨੇ ਪੋਸਟ ਸਟੱਡੀ ਵਰਕ ਵੀਜ਼ਾ ਬੰਦ ਕਰਤਾ ਸੀ 2012 ਦੇ ਵਿੱਚ, ਦੁਬਾਰਾ ਉਹਨੂੰ ਸ਼ੁਰੂ ਕੀਤਾ 2019 ਦੇ ਵਿੱਚ, ਕਿਉਂ? ਉਹਨਾਂ ਨੂੰ ਸਟੂਡੈਂਟਸ ਦੀ ਲੋੜ ਹੈ, ਉਹਨਾਂ ਨੂੰ ਉੱਥੇ ਬੰਦਿਆਂ ਦੀ ਲੋੜ ਹੈ, ਉਹਨਾਂ ਕੋਲ ਮੈਨ ਪਾਵਰ ਦੀ ਕਮੀ ਹੈ। ਉਹ ਸਟੂਡੈਂਟ ਵੀਜ਼ਾ ਵਾਲੇ ਸਟੂਡੈਂਟ ਨੂੰ PR ਪਰਮਾਨੈਂਟ ਰੈਜ਼ੀਡੈਂਸੀ ਜਾਂ ਉੱਥੇ ਦੀ ਸੈਟਲਮੈਂਟ ਵੀ ਜਿਹੜੀ ਹੈਗੀ ਆ, ਬਹੁਤ ਸੌਖੇ ਤਰੀਕਿਆਂ ਦੇ ਨਾਲ ਔਰ ਬਹੁਤ ਵਧੀਆ ਤਰੀਕੇ ਦੇ ਨਾਲ ਮਿਲੂਗੀ। ਸੋ ਥਿੰਕ ਬਿਫੋਰ ਯੂ ਅਪਲਾਈ ਐਂਡ ਰੀਅਪਲਾਈ ਐਂਡ ਰੀਅਪਲਾਈ ਯੋਰ ਕੈਨੇਡਾ ਸਟੂਡੈਂਟ ਵੀਜ਼ਾ। 6 ਈਚ 'ਤੇ ਸਟੈਂਡ ਨਹੀਂ ਕਰਦੇ, 100% ਰਿਫਿਊਜ਼ਲ ਹੈ, ਇਹਦੀ ਗਰੰਟੀ ਮੈਂ ਤੁਹਾਨੂੰ ਲਿਖਤੀ ਰੂਪ 'ਚ ਦੇ ਦਿੰਦਾ। ਸੋ ਇੱਕ ਵਾਰੀ ਦੁਬਾਰਾ ਸੋਚੋ, ਫਿਰ ਅਪਲਾਈ ਕਰੋ। ਸ਼ੁਕਰੀਆ ਜੀ, ਧੰਨਵਾਦ।